ਭਾਰਤ ਸਟਾਰਟਅਪ ਉਦਮਾ ਨਿਵੇਸ਼ਕਾਂ ਇਨਕਿਊਬੇਟਰਸ ਅਤੇ ਉਦਮੀਆਂ ਵਿਚਾਲੇ ਸਹਿਯੋਗ ਵਧਾਉਣ ਲਈ ਇਸ ਸਾਲ ਬ੍ਰਿਕ ਸਟਾਰਟਅਪਸ ਫੋਰਮ ਸ਼ੁਰੂ ਕਰੇਗਾ ਵਣਜਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਪੀਤੇ ਕਾਲ ਬ੍ਰਿਕਸ ਦੇ ਉਦਯੋਗ ਮੰਤਰੀਆਂ ਦੇ 7ਵੇਂ ਸਿਮੇਲਨ ਵਿੱਚ ਇਹ ਐਲਾਨ ਕੀਤਾ ਦੇਸ਼ਵਿਸ਼ਾਯੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਗੋਇਲ ਨੇ ਸਟਾਰਟਅਪ ਇੰਡੀਆ ਪੈਲ ਦੇ ਵਿਸਥਾਰ ਦਾ ਵੀ ਜ਼ਿਕਰ ਕੀਤਾ ਇਸ ਪੈਲ ਦੇ ਤਹਿਤ ਦੇਸ਼ਵਿਸ਼ ਲਗਭਗ 1 ਲੱਖ ਸਟਾਰਟਅਪ ਉਦਮ ਸ਼ੁਰੂ ਹੋਏ ਨੇ ਬ੍ਰਾਜ਼ੀਲ ਰੂਸ ਚੀਨ ਅਤੇ ਦੱਖਣ ਅਫਰੀਕਾ ਦੇ ਉਦਯੋਗ ਮੰਤਰੀਆਂ ਨੇ ਵੀ ਬ੍ਰਿਕਸ ਦੇਸ਼ਾਂ ਵਿਚਾਲੇ ਡਿਜੀਟਲਕਰਨ ਉਦਯੋਗੀਕਰਨ ਨਵਾਂ ਚਾਰ ਸ਼ਮੂਲੀਅਤ ਅਤੇ ਨਿਵੇਸ਼ ਵਧਾਉਣ ਤੇ ਜ਼ੋਰ ਦਿੱਤਾ ਉਨ੍ਹਾਂ ਨੇ ਮੈਂਬਰ ਦੇਸ਼ਾਂ ਵਿਚਾਲੇ ਬਾਜ਼ਾਰ ਦੇ ਮੌਕੇ ਪੈਦਾ ਕਰਨ ਅਤੇ ਔਰਤਾਂ ਨੌਜਵਾਨਾ ਅਤੇ ਪਛੜੇ ਵਰਗਾਂ ਦੁਆਰਾ ਉਹਨਾਂ ਦੇ ਪ੍ਰਬੰਧ ਤੇ ਜ਼ੋਰ ਦਿੱਤਾ।